हां जी इन दो तेंदी पता नहीं लगा का तुस्ते सगला साथ किया। जिला तरनतारन दे अधीन आउंदे पिंड कल्ला दा गरीब परिवार कोठे दी छत डिगण नाल आया थल्ले। मौके ते आंढ गुआंढ दे लोकां ने बचाई जान। मीडिया दे नाल गलबात करते हुए गुरनाम सिंह अते परिवारक मैंबरां ने दस्या कि अज दुपहर दे समय हो रही भारी बारिश दे कारण असीं अपने परिवार दे मैंबरां समेत अपने घर विच मौजूद सी तां अचानक साडे कमरे दी छत साडे ते डिग पई तां असीं अपने बच्चां समेत थल्ले आ गए। जिस तों बाद भारी जद्दोजहद करदे हुए पिंड वासियां अते आंढ गुआंढ दे लोकां ने सानू बाहर कढ़िया। गुरनाम सिंह अते परिवारक मैंबरां ने रोंदे हुए दस्या कि साडा सारा घर दा समान मलबे हेठ आ के दबिया गया है। परिवारक मैंबरां ने सरकार अते समाज सेवी जथेबंदियां तों मंग कीती है कि साडे इस होए नुकसान की भरपाई की जाए तां जो असीं दोबारा तो अपना मकान बना के अपने छोटे छोटे बच्चे पाल सकी। इस मौके ते देखो तस्वीरां अते की है कहना परिवारक मैंबरां दा, तुसीं वी सुनो। लखविंदर कौर। अच्छा ते की गलबात बणी जदों तुहाडा मकान डिगा? आई बैठे ही मैं कुड़ी नूं दुध देंदी पता नहीं लगा कद किस वेले सत उत्ते आण के डिग पिया। डिग अच्छा ते तुसीं मलबे दे हेठ दबे गए? हांजी। किन्ने जी तुसीं अंदर ही? तीन। अच्छा ते जिहड़ी छोटी जी बची उहदी फिर किद्दां जान बचाई तुसीं? ਉਹਨੂੰ ਦੁੱਧ ਦੇਣ ਦੀ ਸੀ ਜਦੋਂ ਉੱਤੇ ਆਣ ਕੇ ਛੱਤ ਡੇ ਪਏ ਉਹਨੂੰ ਮੈਂ ਗੋਦੀ ਦੇ ਵਿੱਚੋਂ ਹੀ ਨਹੀਂ ਕੱਢਿਆ। ਤੁਹਾਡੇ ਕਿੱਥੇ ਲੱਗੀ ਸੱਟ? ਮੇਰੇ ਸਿਰ 'ਚ ਅਤੇ ਲੱਕ 'ਚ ਅਤੇ ਹੱਥ 'ਤੇ। ਜਿਸ ਤਰੀਕੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ, ਕਮਰਾ ਤੁਹਾਡਾ ਇੱਕੋ ਹੀ ਉਹ ਵੀ ਡੇ ਪਿਆ ਵਾ, ਅਤੇ ਕੀ ਮੰਗ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗ? ਬਸ ਇਹੀ ਮੰਗ ਆ ਵੀ ਬਸ ਤੁਹਾਡੀ ਮਦਦ ਕੀਤੀ ਜਾਵੇ ਗਰੀਬ ਆਦਮੀ। ਹਾਂਜੀ ਕੀ ਨਾਮ ਮੇਰਾ? ਗੁਰਨਾਮ ਸਿੰਘ। ਨਹੀਂ ਸਾਨੂੰ ਨਹੀਂ ਪਤਾ ਲੱਗਾ, ਆਪਣੀ ਮਾਂ ਨਾਲ ਬੈਠੇ ਤਾਂ ਬਹਿ ਅੰਦਰ ਹੀ ਬਵਾਂਗੇ, ਆਪਣਾ ਅੰਦਰ ਆਪਣੇ ਅੰਦਰ ਜਾਵਾਂ, ਕਿਸੇ ਦੇ ਅੰਦਰ ਤਾਂ ਜਾਣਾ ਨਹੀਂ ਭਾਜੀ, ਆਪਣੇ ਅੰਦਰ ਅਸੀਂ ਬੈਠੇ ਹਾਂ ਦੋਵੇਂ ਜੀ। ਅਤੇ ਮੇਰੇ ਘਰ ਦੀ ਗੁੱਡੀ ਨੂੰ ਦੁੱਧ ਦੇਣ ਡਈ ਆ ਲਾਗੇ ਬੈਠੀ ਮੇਰੇ, ਸਾਨੂੰ ਪਤਾ ਹੀ ਉਦੋਂ ਲੱਗਾ ਜਦੋਂ ਅਸੀਂ ਥੱਲੇ ਆ ਗਏ। ਕਹਿੰਦੇ ਸੱਟ ਲੱਗੀ ਤੁਹਾਡੇ ਪਰਿਵਾਰ ਦੇ? ਮੇਰੇ ਲੱਗੀਆਂ ਸੱਟਾਂ ਬਾਂਹ ਅਤੇ ਲੱਕ 'ਚ ਅਤੇ ਸਿਰ ਪਾਟਾ ਮੇਰਾ, ਮੇਰੇ ਘਰ ਦੀ ਅਤੇ ਲੱਕ 'ਚ ਸੱਟਾਂ ਦੇ ਸਿਰ ਪਾਟਾ ਉਹਦਾ ਵੀ। ਹਾਂਜੀ। ਜਿਸ ਤਰੀਕੇ ਦਾ ਤੁਹਾਡਾ ਕਾਫੀ ਨੁਕਸਾਨ ਹੋ ਗਿਆ, ਕੀ ਮੰਗ ਸਰਕਾਰ ਕੋਲੋਂ ਪ੍ਰਸ਼ਾਸਨ ਕੋਲ? ਮੰਗ ਮੇਰੀ ਇਹੋ ਜੀ, ਜੋ ਮੇਰਾ ਵਰਤਣ ਵਾਲਾ ਜੋ ਵੀ ਚੀਜ਼ ਸੀ ਅੰਦਰੇ ਸਾਰਾ ਕੁਝ ਮਿੱਧਿਆ ਮੁੱਧਿਆ ਗਿਆ, ਫੇਸ ਫੂਸ ਹਟਿਆ, ਤਾਂ ਕੋਈ ਚੀਜ਼ ਲੀੜਾ ਤੱਕ ਨਹੀਂ ਪਾਉਣ ਲਈ ਰਹਿ ਗਿਆ ਮੇਰੇ ਜੀ, ਸਾਰਾ ਕੁਝ ਨੱਪਿਆ ਗਿਆ ਵਿੱਚੇ ਜੀ, ਮੰਜੇ ਮੁੰਜੇ ਸਾਡੇ ਸਾਰੇ ਭਾਂਡਾ ਠੀਕਰ ਸਿਲੰਡਰ ਸਲੰਡਰ ਜੋ ਕੁ ਹੈਗਾ ਸਾਰਾ ਵਿੱਚੇ ਹੈ ਜੀ। ਕੀ ਸਰਕਾਰ ਹੁਣ ਤੁਹਾਡੀ ਕਿੱਦਾਂ ਮਦਦ ਕਰੇ? ਮਦਦ ਜਿੰਨੀ ਹੋ ਸਕੇ ਕਰਨੀ ਚਾਹੀਦੀ ਹੈ ਸਰਕਾਰ ਨੂੰ, ਮੇਰੀ ਗਰੀਬ ਬੰਦਾ ਮੈਂ। ਸਿੰਘ। ਅੱਛਾ ਕੀ ਗੱਲਬਾਤ ਹੋਈ ਜਿਹੜੀ ਇੱਥੇ ਮਕਾਨ ਡਿੱਗਾ ਵਾ, ਕੀ ਘਟਨਾ ਕਿੱਦਾਂ ਸਾਰੀ ਘਟਨਾ ਘੜੀ ਹੈ? ਗੱਲਬਾਤ ਇਵੇਂ ਹੋਈ ਆ ਵੀ ਇਹ ਪਰਿਵਾਰ ਸਾਰਾ ਅੰਦਰ ਬੈਠੇ ਮੀਂਹ ਪੈਣ ਡਿਆ ਸੀ, ਮੀਂਹ ਪੈਂਦੇ ਸਮੇਂ ਦੇ ਵਿੱਚ ਅਚਾਨਕ ਬਿਜਲੀ ਕੜਕੀ ਆ ਅਤੇ ਉਦੋਂ ਇਹਨਾਂ ਦਾ ਮਕਾਨ ਢਹਿ ਢੇਰੀ ਹੋ ਗਿਆ, ਅਤੇ ਸਾਨੂੰ ਵੀ ਇੱਥੋਂ ਫੋਨ ਗਿਆ ਵੀ ਆਹ ਗੱਲ ਹੋ ਗਈ, ਅਸੀਂ ਸਾਰੇ ਫਟਾਫਟ ਭੱਜ ਕੇ ਆਏ ਹਾਂ ਅਤੇ ਸਾਰੀ ਸੰਗਤ ਨੇ ਰਲ ਮਿਲ ਕੇ ਇਹਨਾਂ ਨੂੰ ਮਲਬੇ ਹੇਠੋਂ ਕੱਢਿਆ ਸਾਰੇ ਪਰਿਵਾਰ ਨੂੰ, ਅਤੇ ਪਰਿਵਾਰ ਬਹੁਤ ਗਰੀਬ ਆ, ਸਰਕਾਰ ਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ, ਹੋਰ ਵੀ ਜੋ ਵੀਰ ਮੇਰੇ ਸੇਵਾ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ, ਕਿਉਂਕਿ ਜੋ ਘਰ ਦਾ ਸਮਾਨ ਹੈ ਸਾਰਾ ਹੀ ਵਰਤੋਂ ਵਾਲਾ, ਬੈੱਡ ਮੰਜੇ ਕੁਰਸੀਆਂ ਪੱਖੇ ਖਾਣ ਪੀਣ ਦਾ ਸਮਾਨ, ਜੋ ਇਹਨਾਂ ਦੇ ਪਾਉਣ ਵਾਲੇ ਕੱਪੜਿਆਂ ਤੱਕ ਵੀ ਨਹੀਂ ਬਚੇ, ਉਹ ਵੀ ਥੱਲੇ ਨੱਪੇ ਗਏ ਆ, ਅਤੇ ਇਹੋ ਬੇਨਤੀ ਆ ਸਾਰੀ ਸੰਗਤ ਨੂੰ ਸਰਕਾਰ ਨੂੰ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਪਰਿਵਾਰ ਦੇ ਸੱਟਾਂ ਕਿੰਨੀਆਂ ਲੱਗੀਆਂ? ਸੱਟਾਂ ਭਾਈ ਗੁਰਨਾਮ ਸਿੰਘ ਦੇ ਚਰਚ ਸੱਟ ਹੈ ਅਤੇ ਲੱਕ ਸੱਟ ਆ ਅਤੇ ਦੋਨਾਂ ਬਾਹਾਂ 'ਤੇ ਆ, ਅਤੇ ਉਹਨਾਂ ਦੇ ਪਤਨੀ ਜੋ ਬੀਬੀ ਲਖਵਿੰਦਰ ਕੌਰ ਉਹਨਾਂ ਦੇ ਚਰਚ ਸੱਟ ਆ ਅਤੇ ਲੱਕ ਸੱਟ ਆ ਅਤੇ ਬਾਹਾਂ ਬੂਹਾਂ 'ਤੇ ਸੱਟਾਂ ਲੱਗੀਆਂ, ਕਾਫੀ ਗੁੱਝੀਆਂ ਸੱਟਾਂ ਵਾ ਵੀ ਜਿਹੜੀਆਂ ਉੱਤੋਂ ਜਿੱਦਾਂ ਇੱਟਾਂ ਟੇਲਾਂ ਵੱਜਦੀਆਂ ਰਹੀਆਂ, ਬਾਲੇ ਵੱਜੇ ਉਹਨਾਂ ਦੇ ਕਾਰਨ ਸੱਟਾਂ ਕਾਫੀ ਲੱਗੀਆਂ।